ਹੁਣ ਇਸ ਫੇਸ ਵਿੱਚ ਜਾ ਰਿਹਾ ਹੈ ਕਿ ਅਗਰ ਕੋਈ ਲੈਕਚਰ ਵੀ ਮਿਸ ਹੋ ਜਾਏ ਤਾਂ ਸਟੂਡੈਂਟ ਸਫ਼ਰ ਨਾ ਕਰੇ। ਵੇਅਰ ਐਵਰ ਆਰ ਨਰਸਿਸ ਵਰ ਲੈਕਿੰਗ, ਅਸੀਂ ਉਹ ਵੀ ਸਾਰੇ ਪੁਆਇੰਟ ਲੈ ਕੇ ਅਤੇ ਫਿਰ ਇਸ ਕਾਨਫਰੰਸ ਦਾ ਏਜੰਡਾ ਬਣਾਇਆ ਸੀ ਕਿ ਸਾਡੀ ਇਹ ਜਿਹੜੀ ਐਜੂਕੇਸ਼ਨ ਹੈ ਸਿਰਫ ਪੜ੍ਹਾਈ ਬੁੱਕਸ ਦੀ ਪੜ੍ਹਾਈ ਨਹੀਂ ਹੈ, ਇਹ ਟ੍ਰੇਨਿੰਗ ਹੈ, ਟ੍ਰੇਨਿੰਗ ਵਿੱਚ ਮੈਥਡੋਲੋਜੀ ਹੈ, ਟੈਕਨੋਲੋਜੀ ਦਾ ਇੰਟੀਗ੍ਰੇਸ਼ਨ ਹੈ, ਇੱਕ ਵਰਚੁਅਲ ਰਿਐਲਿਟੀ ਆਗਮੈਂਟਿਡ ਰਿਐਲਿਟੀ ਹੈ, ਰੋਬੋਟਿਕਸ ਆ ਗਏ ਹੈ। ਮੈਨੂੰ ਪੁੱਛੋ ਤਾਂ ਨਰਸਿੰਗ ਵਿੱਚ ਥਿਊਰੀ ਦਾ ਤਾਂ ਰੋਲ ਹੈਗਾ ਹੀ ਹੈਗਾ, ਪਰ ਬੇਸਿਕ ਤਾਂ ਇਟ ਇਜ਼ ਪ੍ਰੈਕਟੀਕਲ। ਜਿੰਨੀ ਦੇਰ ਸਾਨੂੰ ਕੰਮ ਨਹੀਂ ਕਰਨਾ ਆਊਗਾ ਆਪਣੇ ਹੱਥਾਂ ਦੇ ਨਾਲ, ਅਸੀਂ ਆਪਣੀਆਂ ਸਰਵਿਸਿਜ਼ ਡਿਲੀਵਰ ਨਹੀਂ ਕਰ ਸਕਦੇ। ਅਤੇ ਨਰਸਿੰਗ ਸਾਡਾ ਮੈਡੀਕਲ ਪ੍ਰੋਫੈਸ਼ਨ ਦਾ, ਮੈਂ ਤਾਂ ਇਹ ਕਹਾਂਗਾ ਕਿ ਕਈ ਜਗ੍ਹਾ ਡਾਕਟਰ ਨਹੀਂ ਹੈ, ਉੱਥੇ ਨਰਸਿਸ ਅੱਗੇ ਆ ਕੇ ਬਹੁਤ ਅੱਛਾ ਕੰਮ ਕਰ ਰਹੀਆਂ ਹੈ। ਦੇਖੀਏ ਦੇ ਸਾਡਾ ਜਿਹੜਾ ਟੀਚਿੰਗ ਅਤੇ ਟ੍ਰੇਨਿੰਗ ਦਾ ਸਿਸਟਮ ਹੈ ਉਹ ਪੂਰਾ ਇੰਡੀਆ 'ਚ ਚੇਂਜ ਹੋ ਰਿਹਾ, ਇੱਕ ਚੇਂਜ ਹੋ ਰਹੀ ਹੈ, ਔਰ 2019 ਅਤੇ ਅੱਗੇ ਇਹ ਚੇਂਜ ਬੜੀ ਤੇਜ਼ੀ ਨਾਲ ਹੋ ਰਹੀ ਹੈ। ਇਹ ਸਿਰਫ ਹਾਇਰ ਐਜੂਕੇਸ਼ਨ ਦੀ ਚੇਂਜ ਨਹੀਂ ਹੈ, ਮੈਡੀਕਲ ਐਜੂਕੇਸ਼ਨ ਵਿੱਚ ਹਾਇਰ ਐਜੂਕੇਸ਼ਨ ਦੀ ਚੇਂਜ ਹੈ। ਅਤੇ ਹੁਣ ਕੀ ਹੋ ਰਿਹਾ ਹੈ ਕਿ ਤੁਸੀਂ ਐਜੂਕੇਸ਼ਨ ਦਾ ਸਿਸਟਮ ਜਿਹੜਾ ਪਹਿਲੇ ਸੀ ਕਿ ਤੁਸੀਂ ਲਾਇਬ੍ਰੇਰੀ ਜਾਓ, ਬੁੱਕਸ ਪੜ੍ਹੋ, ਬੁੱਕਸ ਇਸ਼ੂ ਕਰਾਓ, ਅਤੇ ਬਾਅਦ ਵਿੱਚ ਜਰਨਲ ਦਾ ਵੀ ਜਰਨਲਸ ਲਿਆਓ ਅਤੇ ਆਪਣੀ ਐਜੂਕੇਸ਼ਨ ਕਰੋ, ਉਹ ਹੁਣ ਫੇਜ਼ ਖਤਮ ਹੋ ਚੁੱਕੀ ਹੈ। ਹੁਣ ਫੇਜ਼ ਹੈ ਕਿ ਕੰਪੀਟੈਂਸੀਸ ਡਿਫਾਈਨ ਕਰੋ, ਕਿਹੜੇ ਇੰਪੋਰਟੈਂਟ ਏਰੀਆਜ਼ ਹੈ ਐਜੂਕੇਸ਼ਨ ਵਿੱਚ, ਟ੍ਰੇਨਿੰਗ ਵਿੱਚ। ਅਤੇ ਇਟ ਇਜ਼ ਇਹ ਸਿਰਫ ਮੈਡੀਕਲ ਕੋਰਸਿਸ 'ਤੇ ਨਹੀਂ ਹੈ, ਸਿਰਫ ਨਰਸਿੰਗ ਕੋਰਸਿਸ, ਪੈਰਾਮੈਡੀਕਲ ਅਤੇ ਆਲ ਅਲਾਈਡ ਫਾਰਮੇਸੀ, ਕੋਈ ਵੀ ਹੋਏ ਕੋਰਸ ਉਹਨਾਂ ਵਿੱਚ ਜ਼ਰੂਰੀ ਹੈ, ਹੋ ਗਏ ਹੈ। ਹੁਣ ਦੇਰਾ ਟਾਈਮ ਹੈ ਈ ਰਿਸੋਰਸਿਸ ਦਾ, ਦਾ ਐਸੈਸੀਬਿਲਿਟੀ। ਹੁਣ ਇੱਕ ਫਿਜ਼ੀਕਲ ਲਾਇਬ੍ਰੇਰੀ ਵਿੱਚ ਜਾ ਕੇ ਤੁਹਾਨੂੰ ਸਭ ਕੁਝ ਨਹੀਂ ਮਿਲੇਗਾ, ਇਸੀ ਤਰ੍ਹਾਂ ਨਾਲ ਤੁਹਾਨੂੰ ਈ ਰਿਸੋਰਸਿਸ ਅਨਲਿਮਿਟਿਡ ਹੈ, ਤੁਹਾਡੀ ਪਹੁੰਚ ਉਸ ਤੱਕ ਹੋਣੀ ਜ਼ਰੂਰੀ ਹੈ। ਤੁਹਾਡਾ ਕਲਾਸਰੂਮ ਲੈਕਚਰ ਵੀ ਬਹੁਤ ਇੰਪੋਰਟੈਂਟ ਹੈ, ਅਤੇ ਅਸੀਂ ਹੁਣ ਇਸ ਫੇਸ ਵਿੱਚ ਜਾ ਰਹੇ ਹਾਂ ਕਿ ਅਗਰ ਕੋਈ ਲੈਕਚਰ ਵੀ ਮਿਸ ਹੋ ਜਾਏ ਤਾਂ ਸਟੂਡੈਂਟ ਸਫ਼ਰ ਨਾ ਕਰੇ। ਤਾਂ ਇਹ ਤਾਂ ਹੋ ਗਿਆ ਤੁਹਾਡੀ ਨੌਲੇਜ ਇੰਪਾਰਟਿੰਗ ਦਾ। ਅਤੇ ਸੈਕਿੰਡ ਫੇਜ਼ ਹੈ ਟ੍ਰੇਨਿੰਗ ਦੀ, ਟ੍ਰੇਨਿੰਗ ਵਿੱਚ ਵੀ ਇਸੀ ਤਰ੍ਹਾਂ ਤੁਹਾਡੀ ਸਾਰੀਆਂ ਕੰਪੀਟੈਂਸੀਜ ਡਿਫਾਈਨਡ ਹੈ। ਈ ਪ੍ਰੈਜੈਂਸ ਇੰਪੋਰਟੈਂਟ ਹੈ, ਕੋਵਿਡ ਨੇ ਸਾਨੂੰ ਇਹ ਟੀਚ ਕੀਤਾ ਕਿ ਕੋਵਿਡ ਵਿੱਚ ਜਿੰਨੀ ਪੜ੍ਹਾਈ ਹੋਈ ਹੈ, ਜਿੰਨਾ ਐਜੂਕੇਸ਼ਨ ਸਪਰੈਡ ਹੋਇਆ ਅਤੇ ਜਿੰਨਾ ਨੌਲੇਜ ਬੜੀ ਹੈ ਕੰਪਿਊਟਰ ਯੂਜ਼ ਦੀ ਅਤੇ ਹੋਰ ਵੀ ਜਿਹੜੇ ਗੈਜਟਸ ਹੈ ਉਹਨਾਂ ਦੇ ਯੂਜ਼ ਦੀ, ਇਹ ਅਨਪੈਰਲਲ ਹੈ। ਅਸੀਂ ਬਹੁਤ ਅੱਗੇ ਵਧ ਗਏ ਹੈ, ਅਤੇ ਪਹਿਲੇ ਸਾਨੂੰ ਸੋਸ਼ਲ ਪਲੇਟਫਾਰਮ ਯੂਜ਼ ਕਰਨੇ ਇੰਨੇ ਨਹੀਂ ਆਉਂਦੇ ਸੀ, ਸਾਡੇ ਸਟੂਡੈਂਟਸ ਨੂੰ ਵੀ ਨਹੀਂ ਆਉਂਦੇ ਸੀ। ਹੁਣ ਇੱਕ ਵਿਲੇਜ ਵਿੱਚ ਵੀ ਬੈਠ ਕੇ ਇਹ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਰਾ ਸਿਸਟਮ ਇੰਟੀਗ੍ਰੇਟ ਹੋ ਗਿਆ। ਤਾਂ ਮੈਂ ਇਹੀ ਕਹਿਣ ਚਾਹਾਂਗਾ ਕਿ ਸਾਡੀ ਇਹ ਜਿਹੜੀ ਐਜੂਕੇਸ਼ਨ ਹੈ ਸਿਰਫ ਪੜ੍ਹਾਈ ਬੁੱਕਸ ਦੀ ਪੜ੍ਹਾਈ ਨਹੀਂ ਹੈ, ਇਹ ਟ੍ਰੇਨਿੰਗ ਹੈ, ਟ੍ਰੇਨਿੰਗ ਵਿੱਚ ਮੈਥਡੋਲੋਜੀ ਹੈ, ਟੈਕਨੋਲੋਜੀ ਦਾ ਇੰਟੀਗ੍ਰੇਸ਼ਨ ਹੈ, ਇੱਕ ਵਰਚੁਅਲ ਰਿਐਲਿਟੀ ਆਗਮੈਂਟਿਡ ਰਿਐਲਿਟੀ ਹੈ, ਰੋਬੋਟਿਕਸ ਆ ਗਏ ਹੈ, ਅਤੇ ਉਹਦੇ ਬਾਅਦ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਇੰਟੀਗ੍ਰੇਟ ਹੋ ਗਈ ਹੈ ਬੜੀ ਤੇਜ਼ੀ ਨਾਲ। ਪੂਰੇ ਜਾਂ ਕਲਚਰ ਹੈ ਹਾਇਰ ਐਜੂਕੇਸ਼ਨ ਦਾ, ਸਪੈਸ਼ਲੀ ਮੈਡੀਕਲ ਐਜੂਕੇਸ਼ਨ ਦਾ ਚੇਂਜ ਹੋ ਰਿਹਾ, ਅਤੇ ਸੇਫਟੀ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਇਨ ਇਸ ਦਿਸ ਸਾਰੀ ਆਪਾਧਾਪੀ ਵਿੱਚ, ਇਸ ਰੇਸ ਵਿੱਚ
ਕਿੱਥੇ ਕੋਈ ਗਲਤੀ ਨਾ ਹੋ ਜਾਏ ਤਾਂ ਸਾਡੇ ਐਥਿਕਸ ਇੰਟੈਕਟ ਰਹਿਣ, ਸਾਡਾ ਮੈਡੀਕਲ ਲੀਗਲੀ ਵੀ ਅਸੀਂ ਸੇਫ ਰਹਿਣ, ਅਤੇ ਪੇਸ਼ੈਂਟ ਦੀ ਸੇਫਟੀ, ਕੇਅਰ ਗਿਵਰ ਦੀ ਸੇਫਟੀ ਨਰਸਿੰਗ ਦੀ ਵੀ ਅਤੇ ਫੈਮਿਲੀਜ਼ ਦੀ ਵੀ ਸੇਫਟੀ, ਇਹ ਇੰਪੋਰਟੈਂਟ ਹੋ ਗਈ। ਇਹ ਨਰਸਿੰਗ ਦੇ ਉੱਤੇ ਕੰਸਨਟ੍ਰੇਟਿਡ ਹੈ ਟ੍ਰੇਨਿੰਗ, ਅਤੇ ਨਰਸਿੰਗ ਸਾਡਾ ਮੈਡੀਕਲ ਪ੍ਰੋਫੈਸ਼ਨ ਦਾ, ਮੈਂ ਤਾਂ ਇਹ ਕਹਾਂਗਾ ਕਿ ਕਈ ਜਗ੍ਹਾ ਡਾਕਟਰ ਨਹੀਂ ਹੈ, ਉੱਥੇ ਨਰਸਿਸ ਅੱਗੇ ਆ ਕੇ ਬਹੁਤ ਅੱਛਾ ਕੰਮ ਕਰ ਰਹੀਆਂ ਹੈ। ਐਂਡ ਕੁਛ ਐਸੇ ਸੈਟਅਪਸ ਵੀ ਹੈ ਜਿੱਥੇ ਨਰਸਿਸ ਵੀ ਡਾਕਟਰ ਨੂੰ ਪ੍ਰੈਕਟੀਕਲ ਦੱਸ ਦਿੰਦੀ ਹੈ ਕਿ ਕੀ ਕਰਨਾ ਚਾਹੀਦਾ ਹੈ, ਜਿਹੜੇ ਨਵੇਂ ਡਾਕਟਰਸ ਹੁੰਦੇ ਆ। ਸੋ ਇਹ ਨਰਸਿਸ ਦੀ ਜਿਹੜੀ ਸੇਫਟੀ ਟ੍ਰੇਨਿੰਗ ਹੈ, ਜਿਹੜੀ ਜਿਹੜਾ ਥੀਮ ਹੈ ਸਾਡਾ 2024 ਦਾ, ਇਹ ਸੇਫ ਟੂਗੈਦਰ, ਅਸੀਂ ਸਾਰੇ ਵਰਕਿੰਗ ਐਟਮੋਸਫੀਅਰ ਵਿੱਚ ਕਿਵੇਂ ਸੇਫ ਰਹੀਏ, ਕਿਵੇਂ ਸਾਡੇ ਐਕਸ਼ਨਸ ਜੋ ਹੈ ਉਹ ਕਿਸੇ ਨੂੰ ਹਾਰਮ ਨਾ ਕਰਨ, ਅਸੀਂ ਐਥਿਕਸ ਨੂੰ ਓਬਜ਼ਰਵ ਕਰਨ, ਅਤੇ ਕੁਛ ਵਰਕਸ਼ੋਪਸ ਵੀ ਹੋ ਰਹੀਆਂ ਇੱਥੇ, ਜਿਹੜੇ ਮੈਨੀਕਿਨਸ ਹੁੰਦੇ ਹੈ ਤੁਸੀਂ ਸਿੱਧਾ ਹੀ ਪੇਸ਼ੈਂਟ ਉੱਤੇ ਨਹੀਂ ਸਿੱਖਦੇ ਜਾਂ ਟ੍ਰੇਨਿੰਗ ਕਰਦੇ, ਤੁਸੀਂ ਮੈਨੀਕਿਨਸ ਯੂਜ ਕਰਦੇ ਹੋ, ਉਹਦੇ ਬਾਅਦ ਵੈਟ ਲੈਬਸ ਹੈ ਔਰ ਐਨੀਮਲ ਲੈਬਸ, ਔਰ ਕਿੱਥੇ ਕਿੱਥੇ ਲੈਬਸ ਹਨ ਜਿੱਥੇ ਅਸੀਂ ਕੈਟਾਗਰਿਕ ਲੈਬ ਬੋਲਦੇ ਹਾਂ, ਉਹਦੇ ਬਾਅਦ ਅਸੀਂ ਹਿਊਮਨ ਬੋਡੀ ਨੂੰ ਟੱਚ ਕਰਦੇ ਹਾਂ। ਤਾਂ ਸਾਡੀ ਸਟ੍ਰੈਟਜੀ ਹੈ ਹਾਰਮ ਨੂੰ ਜਿੰਨਾ ਘੱਟ ਕਰ ਸਕੇ ਉਨਾ, ਅਤੇ ਦਵਾਈ ਦਿੰਦੇ ਹੈ ਅਤੇ ਐਡਵਰਸ ਰਿਐਕਸ਼ਨ ਨਾ ਹੋਣ, ਸਾਡੀ ਮੈਡੀਸਿਨ ਤੋਂ ਸਾਈਡ ਇਫੈਕਟ ਅਤੇ ਐਸੇ ਇਫੈਕਟ ਜਿਨ੍ਹਾਂ ਤੋਂ ਡੈਥ ਵੀ ਹੋ ਸਕਦੀ ਹੈ, ਐਸੇ ਇਫੈਕਟਸ ਸਾਡੇ ਬੜੇ ਮੋਨੀਟਰਡ ਹੈ, ਉਹਨਾਂ ਨੂੰ ਮੋਨੀਟਰਿੰਗ ਕਿਵੇਂ ਕਰਨੀ ਹੈ, ਗੁੱਡ ਕਲੀਨਿਕਲ ਪ੍ਰੈਕਟਿਸ ਕੀ ਹੈ, ਅਤੇ ਉਹਨਾਂ ਨੂੰ ਮੋਨੀਟਰ ਕਰਕੇ ਡਾਕੂਮੈਂਟ ਕਰਨਾ ਹੈ, ਡਾਕੂਮੈਂਟ ਕਰਕੇ ਪੋਲਿਸਿਸ ਬਣਾਉਣੀ ਹੈ, ਪੋਲਿਸਿਸ ਬਣਾ ਕੇ ਐਸ ਓ ਪੀਸ ਡਿਫਾਈਨ ਕਰਨੀ ਹੈ, ਅਤੇ ਅੱਗੇ ਗਾਈਡ ਕਰਨਾ ਹੈ ਅਗਲੀ ਜਨਰੇਸ਼ਨ। ਇਸ ਨੂੰ ਫਾਇਦਾ ਸਭ ਨੂੰ ਮਿਲੇਗਾ, ਇਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਤਾਂ ਮਿਲੇਗਾ ਜਿਹੜੇ ਫੈਕਲਟੀ ਓਨਰ ਵੀ ਮਿਲੇਗਾ, ਬਿਕੋਜ਼ ਉਹ ਆਪਣੇ ਆਪਣੇ ਮੈਥੋਡੋਲੋਜੀ ਲੈ ਕੇ ਆ ਰਹੇ ਹੈ, ਸਾਡੇ ਸਾਰੇ ਪੰਜਾਬ ਤੋਂ ਨਹੀਂ ਸਾਡੇ ਹਿੰਦੁਸਤਾਨ ਤੋਂ ਸਾਰੇ ਟ੍ਰੇਨਰਸ ਅਤੇ ਫੈਕਲਟੀ ਆਈ ਹੈ, ਅਤੇ ਉਹ ਇੰਟਰੈਕਟ ਕਰਨਗੇ, ਅਤੇ ਜਿਹੜੀ ਟੀਚਿੰਗ ਮੈਥੋਡੋਲੋਜੀ ਹੈ, ਰਿਸਰਚ ਮੈਥੋਡੋਲੋਜੀ ਹੈ, ਇਸ ਉੱਤੇ ਕੰਸਨਟ੍ਰੇਟ ਕਰਨਗੇ, ਅਤੇ ਸਭ ਤੋਂ ਵੱਡਾ ਫਾਇਦਾ ਅਲਟੀਮੇਟਲੀ ਟ੍ਰਾਂਸਲੇਟ ਹੋਏਗਾ ਪੇਸ਼ੈਂਟ ਸੇਫਟੀ ਨੂੰ, ਪੇਸ਼ੈਂਟ ਨੂੰ ਮਿਲੇਗਾ, ਪੇਸ਼ੈਂਟ ਸੇਫ ਹੋਏਗਾ, ਚਾਹੇ ਤੁਸੀਂ ਉਹਨੂੰ ਮੈਡੀਸਿਨ ਦਿਓ, ਚਾਹੇ ਉਹਨੂੰ ਓਪਰੇਸ਼ਨ ਕਰੋ, ਜਾਂ ਚਾਹੇ ਉਸਦਾ ਜਿਹੜਾ ਇਨਵਾਇਰਮੈਂਟ ਹੈ ਜਿਸ ਵਿੱਚ ਕੋਈ ਇਨਫੈਕਸ਼ਨ ਕਿਵੇਂ ਨਹੀਂ ਹੋਣਾ, ਸਰਜਰੀ ਦੇ ਕੰਪਲੀਕੇਸ਼ਨ ਕਿਵੇਂ ਘਟਾਉਣੇ ਹੈ, ਅਤੇ ਸਭ ਸਾਰੇ ਐਸਪੈਕਟ ਜਿਹੜੇ ਹੈਲਥ ਦੇ ਹੈ, ਜਿੱਥੇ ਜਿੱਥੇ ਖਤਰਾ ਹੋ ਸਕਦਾ ਹੈ ਉਹਨੂੰ ਅਸੀਂ ਕੰਟਰੋਲ। ਦੇਖੋ ਚੇਂਜ ਜਿਹੜਾ ਹੈ ਨਾ, ਦੈਟ ਇਜ਼ ਦਾ ਲਾਅ ਆਫ ਨੇਚਰ, ਅਤੇ ਸਮੇਂ ਦੇ ਨਾਲ ਨਾਲ ਸਾਨੂੰ ਨਵੀਆਂ ਚੀਜ਼ਾਂ ਸਿੱਖਦੇ ਰਹਿਣਾ ਚਾਹੀਦਾ। ਸੋ ਇਹ ਕੋਈ ਨਵੀਂ ਚੀਜ਼ ਨਹੀਂ ਹੈ ਸਾਡੇ ਲਈ, ਅਸੀਂ ਮੈਡੀਕਲ ਐਜੂਕੇਸ਼ਨ 'ਚ ਵੀ ਕਾਨਫਰੰਸਿਸ, ਆਈ ਥਿੰਕ ਤੁਸੀਂ ਸਾਰੇ ਅਵੇਅਰ ਹੋ, ਰੈਗੂਲਰ ਕਾਨਫਰੰਸਿਸ, ਵਰਕਸ਼ਾਪਸ ਅਤੇ CMEs ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਇੱਥੇ ਪਹਿਲੇ ਅਸੀਂ ਛੋਟੇ ਪੱਧਰ 'ਤੇ ਕਰ ਰਹੇ ਸੀ, ਹੌਲੀ ਹੌਲੀ ਅਸੀਂ ਵੀ ਸਿੱਖੀ ਗਏ, ਵੀ ਕੇਮ ਟੂ ਨੋ ਅਬਾਊਟ ਦਾ ਨਰਸਿੰਗ ਫਰਟਰਨਿਟੀ, ਦ ਨੀਡਸ ਆਫ ਦਾ ਨਰਸਿੰਗ ਫਰਟਰਨਿਟੀ, ਅਤੇ ਬੀਇੰਗ ਐਂਡ ਯੂਜ਼ਰ ਇਨ ਦਾ ਹੋਸਪਿਟਲਸ, ਵੀ ਕੁਡ ਵਿਜੁਅਲਾਈਜ਼ ਕਿ ਇਹਨਾਂ ਚੀਜ਼ਾਂ ਦੀ ਘਾਟ ਹੈ। ਔਰ ਇਹ ਜਿਹੜੇ ਅੱਜ ਟੋਪਿਕਸ ਬਣੇ ਨੇ, ਇਹ ਸਿਰਫ ਨਰਸਿੰਗ ਫੈਕਲਟੀ ਨੂੰ ਲੈ ਕੇ ਨਹੀਂ, ਸਾਡੇ ਜੋ ਡਾਕਟਰਸ ਦੇ ਇਨਪੁੱਟ ਸੀਗੇ, ਵੇਅਰ ਐਵਰ ਆਰ ਨਰਸਿਸ ਵਰ ਲੈਕਿੰਗ, ਅਸੀਂ ਉਹ ਵੀ ਸਾਰੇ ਪੁਆਇੰਟ ਲੈ ਕੇ ਅਤੇ ਫਿਰ ਇਸ ਕਾਨਫਰੰਸ ਦਾ ਏਜੰਡਾ ਬਣਾਇਆ ਸੀ, ਟੋਪਿਕਸ ਬਣਾਏ ਨੇ ਜਿਹਦੇ ਨਾਲ ਸ਼ੇਅਰਿੰਗ ਹੋਏਗੀ,
ਸ਼ੇਅਰਿੰਗ ਦੇ ਨਾਲ ਸਾਡੀ ਨੌਲੇਜ ਵਧੇਗੀ ਅਤੇ ਸਾਡੀ ਪੇਸ਼ੈਂਟ ਕੇਅਰ ਜਿਹੜੀ ਉਹ ਹੋਰ ਵਧੀਆ ਹੋਏਗੀ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਾਂਗੇ। ਜੇ ਮੈਨੂੰ ਪੁੱਛੋ ਤਾਂ ਨਰਸਿੰਗ ਵਿੱਚ ਥੇਰੀ ਦਾ ਤਾਂ ਰੋਲ ਹੈਗਾ ਹੀ ਹੈਗਾ, ਪਰ ਬੇਸਿਕ ਤਾਂ ਇਟ ਇਜ਼ ਪ੍ਰੈਕਟੀਕਲ। ਜਿੰਨੀ ਦੇਰ ਸਾਨੂੰ ਕੰਮ ਨਹੀਂ ਕਰਨਾ ਆਊਗਾ ਆਪਣੇ ਹੱਥਾਂ ਦੇ ਨਾਲ, ਅਸੀਂ ਆਪਣੀਆਂ ਸਰਵਿਸਿਜ਼ ਡਿਲੀਵਰ ਨਹੀਂ ਕਰ ਸਕਾਂਗੇ। ਜਿਵੇਂ ਸਰ ਨੇ ਆਲਰੇਡੀ ਤੁਹਾਨੂੰ ਕਿਹਾ ਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਅਤੇ ਸਾਨੂੰ ਔਰ ਮੈਡੀਕਲ ਅਤੇ ਨਰਸਿੰਗ ਪ੍ਰੋਫੈਸ਼ਨ ਅਸੀਂ ਹਿਊਮਨ ਬੋਡੀਜ਼ ਨਾਲ ਡੀਲ ਕਰਦੇ ਹਾਂ ਤਾਂ ਸਾਨੂੰ ਸੇਫਟੀ ਵੀ ਪਹਿਲਾਂ ਲੈ ਕੇ ਤੁਰਨੀ ਪੈਂਦੀ ਹੈ, ਬਿਕੋਜ਼ ਸਾਨੂੰ ਗਲਤੀ ਕਰਨ 'ਤੇ ਬਖਸ਼ਿਆ ਨਹੀਂ ਜਾਂਦਾ ਕਿਉਂਕਿ ਅਸੀਂ ਇਨਸਾਨੀ ਜ਼ਿੰਦਗੀ ਦੀ ਕੀਮਤ ਬਹੁਤ ਜ਼ਿਆਦਾ ਹੈ। ਸਾਡੀ ਘੜੀ ਖਰਾਬ ਹੋ ਜਾਏ ਨਾ ਤਾਂ ਅਸੀਂ ਦੁਕਾਨ ਵਾਲੇ ਕੋਲੋਂ ਨਵੀਂ ਲੈ ਕੇ ਵਾਪਸ ਕਰ ਦਿੰਦੇ ਹਾਂ ਵੀ ਆਹ ਖਰਾਬ ਸੀ ਨਵੀਂ ਦੇ ਦੇ, ਇਨਸਾਨੀ ਲਾਈਫ ਨਹੀਂ ਬਦਲੀ ਜਾ ਸਕਦੀ। ਸੋ ਵੀ ਕੈਨ ਨੋਟ ਰਿਡਿਊਸ ਦਾ ਐਰਰਸ ਟੂ ਜ਼ੀਰੋ, ਬਟ ਵੀ ਕੈਨ ਡੈਫੀਨੇਟਲੀ ਮਿਨੀਮਾਈਜ਼ ਦੈਮ ਬਾਏ ਕੰਡਕਟਿੰਗ ਸੱਚ ਨੌਲੇਜ ਐਕਸਚੇਂਜਿੰਗ ਈਵੈਂਟਸ ਜਿਹਦੇ 'ਚ ਅਸੀਂ ਆਪੋ ਆਪਣੀਆਂ ਪ੍ਰੋਬਲਮਸ, ਆਪੋ ਆਪਣੀਆਂ ਪ੍ਰਾਪਤੀਆਂ, ਆਪੋ ਆਪਣੀਆਂ ਨਵੀਆਂ ਗੱਲਾਂ ਸ਼ੇਅਰ ਕਰ ਸਕੀਏ ਅਤੇ ਅਗਾਂਹ ਵੱਧ ਸਕੀਏ ਤਾਂ ਕਿ ਸਾਡੇ ਜਿਹੜੇ ਫਰਦਰ ਮੈਡੀਕਲ ਨਰਸਿੰਗ ਐਰਰਸ ਕਿਤਾਬਾਂ 'ਚ ਲਿਖੀਆਂ ਹੋਈਆਂ ਨੇ ਹੁੰਦੀਆਂ ਨੇ, ਪਰ ਉਹਨਾਂ ਨੂੰ ਮਿਨੀਮਾਈਜ਼ ਕਰਨਾ ਸਾਡਾ ਏਮ ਹੈ। ਸੋ ਦਿਸ ਵਾਜ਼ ਐਨ ਅਟੈਂਪਟ ਟੂਵਰਡਸ ਦੈਟ। ਡੈਫੀਨੇਟਲੀ ਫਾਇਦਾ ਹੋਏਗਾ ਜੀ, ਇਨਸਾਨ ਹਰ ਜਗ੍ਹਾ 'ਤੇ ਇੱਕੋ ਜਿਹਾ ਅਤੇ ਉਹਦੀ ਕੇਅਰ ਹਰ ਜਗ੍ਹਾ 'ਤੇ ਇੱਕੋ ਜਿਹੀ ਹੁੰਦੀ ਹੈ। ਅਤੇ ਮੇਰੇ ਖਿਆਲ ਵਿੱਚ ਅਸੀਂ ਆਪਣੀਆਂ ਨਰਸਿਸ ਨੂੰ ਸਾਨੂੰ ਐਮਪਾਵਰ ਕਰਨਾ ਪਊਗਾ ਹੋਰ ਜ਼ਿਆਦਾ, ਕਿਉਂਕਿ ਬਾਹਰ ਅਸੀਂ ਦੇਖਦੇ ਹਾਂ ਕਿ ਜਿਹੜੇ ਉਹਨਾਂ ਦੇ ਟੈਕਨੀਸ਼ੀਅਨਸ ਹੈ ਜਾਂ ਰਜਿਸਟਰਡ ਨਰਸਿਸ ਨੇ, ਦੇ ਆਰ ਮੱਚ ਮੋਰ ਐਮਪਾਵਰਡ ਦੈਨ ਆਰ ਨਰਸਿਸ, ਐਂਡ ਡਾਕਟਰਸ ਆਰ ਕੰਪੈਰੇਟਿਵਲੀ ਬਿਹਾਈਂਡ। ਉੱਥੇ ਕਿਤੇ ਵੀ ਕੋਈ ਐਮਰਜੈਂਸੀ ਕਿਤੇ ਵੀ ਕ੍ਰੀਏਟ ਹੋ ਜਾਏ, ਨਰਸਿਸ ਦੀ ਅਤੇ ਟੈਕਨੀਸ਼ੀਅਨਸ ਦੀ ਟੀਮ ਜਾਂਦੀ ਹੈ ਜਿਹੜੀ ਮਰੀਜ਼ ਨੂੰ ਐਮਰਜੈਂਸੀ ਸਰਵਿਸਿਸ ਦੇ ਕੇ ਹੋਸਪਿਟਲ 'ਚ ਲੈ ਆਉਂਦੀ ਹੈ। ਜਦੋਂ ਕਿ ਸਾਡੇ ਇੱਥੋਂ ਦਾ ਨਰਸਿਸ, ਮੈਂ ਨਹੀਂ ਕਹਿੰਦੀ ਨਹੀਂ ਕੈਪੇਬਲ ਹੈਗੀਆਂ, ਬਟ ਉਹਨਾਂ ਦੀ ਪਰਸੈਂਟੇਜ ਘੱਟ ਹੈ। ਸੋ ਸਾਨੂੰ ਆਪਣੀਆਂ ਨਰਸਿਸ ਨੂੰ ਐਮਪਾਵਰ ਕਰ, ਕੋਸ਼ਿਸ਼ ਹੈ ਜੀ, ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ, ਐਂਡ ਰਿਜ਼ਲਟ ਤਾਂ ਮਿਲਦਾ ਹੀ ਹੈ। ਥੈਂਕ ਯੂ ਸਰ।